ਨੌਜਵਾਨ ਪੀੜ੍ਹੀ ਦੇ ਸ਼ੌਂਕ ਵੱਖਰੇ ਹੁੰਦੇ ਨੇ। ਇਹ ਸ਼ੌਂਕ ਪਹਿਲਾਂ ਤਾਂ ਨੌਜਵਾਨਾਂ ਦੇ ਸਕੂਲ ਅਤੇ ਕਾਲਜਾਂ 'ਚ ਪੜ੍ਹਦੇ ਸਮੇਂ ਦੇਖਣ ਨੂੰ ਮਿਲਦੇ ਸੀ, ਪਰ ਕਹਿੰਦੇ ਨੇ ਸ਼ੌਂਕ ਵੀ ਬੰਦੇ ਦੀ ਉਮਰ ਦੇ ਨਾਲ ਨਾਲ ਚੱਲਦੇ ਨੇ। ਹੁਣ ਨੌਜਵਾਨ ਪੀੜ੍ਹੀ ਦੇ ਵੱਖਰੇ ਸ਼ੌਂਕ ਦੀ ਤਾਜ਼ਾ ਮਿਸਾਲ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਤੋਂ ਦੇਖਣ ਨੂੰ ਮਿਲੀ ਹੈ, ਜਿੱਥੇ ਲਾੜਾ ਲਾੜੀ ਵੱਲੋਂ ਆਪਣੀ ਬਰਾਤ ਟਰੈਕਟਰ ਤੇ ਕੱਢੀ ਗਈ, ਜਿਸ ਨੂੰ ਲੈ ਕੇ ਲਾੜਾ ਲਾੜੀ ਬਹੁਤ ਹੀ ਖੁਸ਼ ਦਿਖਾਈ ਦਿੱਤੇ। ਵਿਆਹ ਵਾਲੇ ਮੁੰਡੇ ਅਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਆਪਣੀ ਬਰਾਤ ਆਪਣੇ ਪਰਸਨਲ ਜੈਟ ਜਾਣੀ ਕਿ ਟਰੈਕਟਰ ਤੇ ਲੈ ਕੇ ਜਾਵੇ ਅਤੇ ਵਿਆਹ 'ਚ ਕੋਈ ਵੀ ਫਾਲਤੂ ਖਰਚਾ ਨਾ ਕੀਤਾ ਜਾਵੇ। ਲੱਗਾ ਟਰੈਕਟਰ ਤੇ ਆਪਣੀ ਚੀਜ਼ ਆ, ਸਮੇਂ ਕਿਰਾਏ ਤੇ ਕਰਕੇ ਲਿਆਉਣੀ ਸੀ। ਇਹਦਾ ਪਰਸਨਲ ਜੈਟ ਹੁੰਦਾ ਜੱਟਾਂ ਦਾ ਤੇ ਠੀਕ ਨਾ, ਕਹਿੰਦੇ ਆਮ ਲੋਕ ਦੇਖਦੇ ਆ ਤੁਹਾਨੂੰ। ਹਾਂਜੀ, ਇਦਾਂ ਦਾ ਵੱਖਰਾ ਉਪਰਾਲਾ ਤੁਸੀਂ ਕੀਤਾ? ਹਾਂਜੀ, ਆਪਣਾ ਹੋਵੇ ਵਧੀਆ ਲੱਗਦਾ ਜੀ। ਵਧੀਆ ਲੱਗਿਆ। ਕੀ ਕਹਿਣਾ ਚਾਹੁੰਦੇ ਜਿਹੜੇ ਆਮ ਲੋਕ ਦੇਖਦੇ ਆ, ਇੰਨਾ ਖਰਚਾ ਕਰਦੇ ਗੱਡੀਆਂ ਦੇ ਉੱਤੇ, ਤੁਸੀਂ ਟਰੈਕਟਰ ਤੇ ਆਏ ਹੋ? ਵਧੀਆ ਹੈ, ਟਰੈਕਟਰ ਤੇ ਇੰਨਾ ਖਰਚਾ ਨਹੀਂ ਹੁੰਦਾ, ਗੱਡੀਆਂ ਇੰਨੀਆਂ ਮਹਿੰਗੀਆਂ ਮਹਿੰਗੀਆਂ, ਟਰੈਕਟਰ ਇੰਨਾ ਸਸਤਾ ਵੀ ਨਹੀਂ ਹੈਗਾ, ਲੇਕਿਨ ਮਹਿੰਗਾ ਆ, ਲੇਕਿਨ ਬਾਕੀ ਚੀਜ਼ਾਂ ਨਾਲ ਵਧੀਆ ਕਿ ਟਰੈਕਟਰ ਤੇ ਲੱਗ ਜਾ ਫੀਲ ਹੋਇਆ। ਇਹਦਾ ਸ਼ੌਕ ਹੀ ਸੀ ਵੀ ਮੈਂ ਵਿਆਹ ਕਰਾਉਣਾ ਤਾਂ ਮੈਂ ਟਰੈਕਟਰ ਤੇ ਜਾਣਾ ਵਿਆਹੁਣ, ਤੇ ਇਸ ਕਰਕੇ ਸ਼ੌਕ ਨਾਲ ਜੀ ਟਰੈਕਟਰ ਤੇ ਵਿਆਹੁਣ ਆਇਆ। ਠੀਕ ਹੈ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਕਿੱਥੇ ਲੋਕ ਵੱਡੀਆਂ ਵੱਡੇ ਲੋਕ ਤਾਂ ਬਹੁਤ ਵੱਡੇ ਹੈਲੀਕਾਪਟਰ ਜਾਂਦੇ ਆ, ਗੱਡੀਆਂ ਬੜੀ ਬੜੀ ਲਿਆਉਂਦੇ ਆ, ਪਰ ਇਹਦਾ ਇੱਕ ਸ਼ੌਕ ਹੀ ਸੀਗਾ ਵੀ ਮੈਂ ਇਹ ਟਰੈਕਟਰ ਤੇ ਜਾਣਾ ਵਿਆਹ ਤੇ। ਜਿਹੜੇ ਆਮ ਲੋਕ ਤੁਹਾਨੂੰ ਦੇਖਦੇ ਆ, ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਤੁਹਾਨੂੰ ਕਹਿੰਦੇ ਵੀ ਗਾਹ ਇੱਦਾਂ ਵੱਧ ਤੋਂ ਵੱਧ ਇੱਦਾਂ ਦੇ ਕੰਮ ਹੋਣੇ ਚਾਹੀਦੇ ਆ। ਠੀਕ ਹੈ ਜੀ। ਹਾਂਜੀ, ਅੱਗੇ ਗੱਡੀਆਂ ਜਾਂਦੇ ਹੁੰਦੇ ਸੀ। ਹਾਂਜੀ ਹਾਂਜੀ, ਤੇ ਹੁਣ ਕਾਰਾਂ ਆ ਗਈਆਂ, ਹੈਲੀਕਾਪਟਰ ਆ ਗਿਆ, ਕਈਆਂ ਤੇ ਆਪਣਾ ਆਪ ਹੈਗਾ, ਪ੍ਰਬੰਧ ਕਰ ਲੈਂਦੇ ਆ। ਵੈਸੇ ਤਾਂ ਬਹੁਤ ਚੰਗਾ ਮਹਿਸੂਸ ਕੀਤਾ ਵੀ ਇਹ ਬੰਦੇ ਨੇ, ਇਹਦੀ ਰੀਹ ਸੀਗੀ ਇਹ ਵਿਆਹੁਣਾ ਆਪਣੇ ਟਰੈਕਟਰ ਦੇ। ਕੁੜੀ ਵਾਲਿਆਂ ਨੂੰ ਕਿੱਦਾਂ ਐਗਰੀ ਕੀਤਾ, ਮੰਨ ਗਏ ਸੀ ਇਜ਼ੀਲੀ ਜਾਂ ਉਹਨਾਂ ਨੂੰ ਕੋਈ? ਕੁੜੀ ਵਾਲਿਆਂ ਨੂੰ ਕਿਹਾ ਕਹਿੰਦੇ ਕੋਈ ਗੱਲ ਨਹੀਂ, ਠੀਕ ਹੈ, ਮੰਨ ਗਏ ਉਹਨੇ ਕਿਹਾ। ਹਾਂਜੀ, ਪਰਿਵਾਰ ਵਧੀਆ ਪਰਿਵਾਰ ਆ ਇਹ। ਬਹੁਤ ਵਧੀਆ ਭਾਅ ਜੀ ਮਹਿਸੂਸ ਹੋਇਆ, ਜਿੱਦਾਂ ਵੀ ਅਸੀਂ ਵੀ ਆਪਣੇ ਜਦੋਂ ਕੋਈ ਕਸਰ ਨਹੀਂ ਛੱਡੀ ਵਿਆਹ 'ਚ, ਜਿੰਨਾ ਵੀ ਸੀਗਾ ਅਸੀਂ ਕੀਤਾ ਵਧੀਆ ਤਰ੍ਹਾਂ। ਹੁਣ ਇੱਕ ਉਹਨਾਂ ਦਾ ਇੱਕ ਦਿਲੀ ਇੱਛਾ ਸੀਗੀ ਕਿ ਉਹ ਟਰੈਕਟਰ ਦੇ ਡੋਲੀ ਲੈ ਕੇ ਆਉਣ, ਤੁਹਾਡੇ ਨਾਲ ਵੀ ਗੱਲਬਾਤ ਕੀਤੀ ਹੋਣੀ ਆ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿ ਉਹਨਾਂ ਦੀ ਸੀਗੀ ਇੱਛਾ ਕਿ ਅਸੀਂ ਟਰੈਕਟਰ ਤੇ ਲੈ ਕੇ ਆਈਏ? ਸਾਨੂੰ ਵੀ ਸੀਗਾ ਚਲੋ ਕੋਈ ਇਤਰਾਜ਼ ਨਹੀਂ ਸੀਗਾ ਜੀ, ਅਸੀਂ ਵੀ ਇਹ ਕਿਹਾ ਚਲੋ ਵਧੀਆ ਜੇ ਲੈ ਕੇ ਆਓ, ਕੋਈ ਚੱਕਰ ਨਹੀਂ ਜੀ। ਇੱਕ ਅਲੱਗ ਤਰ੍ਹਾਂ ਦਾ ਹੁੰਦਾ ਜਾਣੀ ਸ਼ੋਅ ਜਿਹਾ ਹੁੰਦਾ, ਜਾਣੀ ਕਈ ਮਹਿੰਗੀਆਂ ਗੱਡੀਆਂ 'ਚ ਲੈ ਕੇ ਆਉਂਦੇ, ਕੋਈ ਕਿਸੇ 'ਚ ਲੈ ਕੇ ਆਉਂਦੇ, ਆਪਾਂ ਟਰੈਕਟਰ ਲੈ ਕੇ ਵਧੀਆ ਹੋਇਆ ਕਿਉਂ, ਖੇਤੀਬਾੜੀ ਨੂੰ ਬਿਲੋਂਗ ਕਰਦੇ ਆਪਾਂ ਪਿੰਡ ਵਾਲੇ ਹੈਗੇ ਹਾਂ ਜੀ, ਇਸ ਕਰਕੇ ਸਾਨੂੰ ਵੀ ਵਧੀਆ ਲੱਗਾ ਜੀ। ਮੈਸੇਜ ਇਹ ਹੀ ਆ ਜੀ, ਕੋਈ ਖਰਚਾ ਇੰਨਾ ਬਾਲੀ ਕਾਂਦੀ ਲੋੜ ਨਹੀਂ, ਇੰਨੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਓ ਜਾਂ ਕਰਕੇ ਆਓ, ਆਪਣੇ ਜਿਹੜੀ ਘਰ ਦੀ ਚੀਜ਼ ਆ ਉਹ ਉੱਥੇ ਆਏ ਆਰਾਮ ਨਾਲ ਜੀ, ਉਹ ਵਧੀਆ ਲੱਗਾ ਸਾਨੂੰ। ਬੇਸ਼ੱਕ ਟਰੈਕਟਰ ਤੇ ਬਰਾਤ ਲੈ ਕੇ ਆਉਣਾ ਅੱਜ ਦੇ ਸਮੇਂ 'ਚ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵਿਆਹ ਸਾਹਮਣੇ ਆਏ ਨੇ ਜਿਸ 'ਚ ਉਹ ਵਿਆਹ ਆਮ ਨਾਲੋਂ ਕੁਝ ਵੱਖਰੇ ਦੇਖਣ ਨੂੰ ਮਿਲਦੇ ਨੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਗਰਵ ਪੰਜਾਬ ਟੀਵੀ। ਗਰਵ ਪੰਜਾਬ ਟੀਵੀ ਰੱਖੇ ਸਭ ਦਾ ਧਿਆਨ।